जलंधर का जिमनी अखाड़ा पूरी तरह पक्या होया नजर आ रहा है। वक वक सियासी पार्टियां जमीनी पद्धर से अपनी पार्टी का प्रचार कर रही हैं। उत्थे ही भाजपा के आगू भी जलंधर जिमनी चोणां विच अपने वोट बैंक विच वाधा करन दे लई वक वक मीटिंगां बैठकां अते लोकां नूं अपनी पार्टी विच शामिल करदी होई नजर आ रही है। इस मीटिंग विच मुख रूप विच इंदर इकबाल सिंह अटवाल, परमिंदर सिंह बराड़, विक्रमजीत सिंह चीमा, जयेंद्र कौर, राजेश बागा ने इलाका निवासियों दीआं तकलीफां सुणीआं अते कई लोकां नूं भाजपा विच ज्वाइन भी करवाया। ਤੁਸੀਂ ਸਾਰੇ ਜਾਣਦੇ ਹੋ ਇਲੈਕਸ਼ਨ ਆ ਗਈ ਹੈ। ਅੱਜ ਤੁਹਾਡੇ ਕੋਲੇ ਵੋਟ ਲੈਣ ਲਈ ਹਰੇਕ ਪਾਰਟੀ ਦੇ ਲੀਡਰ ਆਉਣਗੇ, ਕੈਂਡੀਡੇਟ ਆਉਣਗੇ। ਇੱਕ ਫਰਜ਼ ਜ਼ਰੂਰ ਸਮਝਿਓ, ਜਿਹੜੇ ਵੀ ਪਾਰਟੀ ਦੇ ਲੋਕ ਆਉਣ, ਲੀਡਰ ਆਉਣ, ਉਹਨਾਂ ਨੂੰ ਸਵਾਲ ਜ਼ਰੂਰ ਕਰਿਓ। ਅਸੀਂ ਆਏ, ਅਸੀਂ ਬੋਲ ਕੇ ਹਟਾਂਗੇ, ਸਾਨੂੰ ਵੀ ਤੁਹਾਡੇ ਮਨ 'ਚ ਕੋਈ ਸਵਾਲ ਹੈ, ਸਵਾਲ ਜ਼ਰੂਰ ਕਰਿਓ। ਯਾਦ ਕਰੋ ਹੁਣ ਤੋਂ ਇੱਕ ਸਾਲ ਪਹਿਲਾਂ ਦਾ ਸਮਾਂ, ਅੱਜ ਤੋਂ 13 ਮਹੀਨੇ ਪਹਿਲਾਂ ਪੰਜਾਬ ਨੇ, ਪੰਜਾਬੀਆਂ ਨੇ 92 ਸੀਟਾਂ ਦੇ ਕੇ ਆਮ ਆਦਮੀ ਦੀ ਸਰਕਾਰ ਬਣਾਈ ਸੀ ਪੰਜਾਬ ਦੇ ਵਿੱਚ। ਉਹਨਾਂ ਨੇ ਉਹਨਾਂ ਦੀਆਂ ਗਰੰਟੀਆਂ 'ਤੇ ਵਿਸ਼ਵਾਸ ਕੀਤਾ, ਉਹਨਾਂ ਦੇ ਵਾਅਦਿਆਂ 'ਤੇ ਵਿਸ਼ਵਾਸ ਕੀਤਾ। ਕਿਉਂ ਕੀਤਾ? ਕਿਉਂਕਿ ਉਹ ਜਿਹੜੀਆਂ ਇੱਥੇ ਦੀਆਂ ਰਵਾਇਤੀ ਪਾਰਟੀਆਂ ਸੀ, ਅਕਾਲੀ ਦਲ ਅਤੇ ਕਾਂਗਰਸ, ਉਹਨਾਂ ਤੋਂ ਅੱਕ ਚੁੱਕੇ ਸੀ। ਪਿੰਡ ਵਾਲਿਆਂ ਨੂੰ ਨਹੀਂ ਸੀ ਪਤਾ ਵੀ ਕੈਂਡੀਡੇਟ ਕਿਹੜਾ ਖੜਾ, ਐਮਐਲਏ ਦਾ ਨਾਮ ਕੀ ਹੈ। ਅੱਜ ਵੀ ਨਹੀਂ ਪਤਾ ਪਿੰਡਾਂ ਵਾਲਿਆਂ ਨੂੰ ਕਿ ਸਾਡਾ ਐਮਐਲਏ ਕਿਹੜਾ ਆਪਦਾ ਦਿੱਤਿਆ। ਉਹਨਾਂ ਦਾ ਸਿਰਫ ਵੇਖਿਆ ਤੇ ਵੇਖਿਆ ਝਾੜੂ ਤੇ ਚੁੱਪ ਕਰਕੇ ਝਾੜੂ ਦਾ ਬਟਨ ਦਬਾਤਾ। ਕੋਈ ਵੀ ਸੂਬਾ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੇ ਦੀ ਅਮਨ ਕਾਨੂੰਨ ਦੀ ਸਥਿਤੀ ਠੀਕ ਹੋਵੇ। ਅੱਜ ਪੰਜਾਬ ਦੇ ਇੰਟੈਲੀਜੈਂਸ ਹੈੱਡਕੁਆਰਟਰ ਤੇ ਹਮਲੇ ਹੋ ਰਹੇ ਹੈ, ਪੰਜਾਬ ਦੇ ਥਾਣਿਆਂ ਦੇ ਉੱਤੇ ਆਰਪੀਜੀ ਅਟੈਕ ਹੋ ਰਹੇ ਹੈ। ਪੰਜਾਬ ਦੇ ਥਾਣਿਆਂ ਦੇ ਵਿੱਚ ਉਸ ਕਾਲੇ ਅੱਤਵਾਦ ਦੇ ਦੌਰ 'ਚ ਵੀ ਕਦੇ ਥਾਣਿਆਂ 'ਚੋਂ ਬੰਦਾ ਨਹੀਂ ਸੀ ਛਡਾਇਆ, ਜੇ ਥਾਣਿਆਂ 'ਚੋਂ ਬੰਦੇ ਛਡਾਏ ਜਾ ਰਹੇ ਹੈ। ਜੇਲ੍ਹਾਂ ਦੇ ਵਿੱਚ ਕਤਲ ਹੋ ਰਹੇ ਹੈ, ਜਿਹੜੀਆਂ ਟੀਚਰਾਂ ਭੈਣਾਂ ਸਕੂਲਾਂ 'ਚ ਪੜ੍ਹਾ ਰਹੀਆਂ, ਉਹਨਾਂ ਦੇ ਸਕੂਲਾਂ 'ਚੋਂ ਬੈਗ ਹੋਏ ਜਾ ਰਹੇ, ਨੱਤੀਆਂ ਲਾਈਆਂ ਜਾ ਰਹੀਆਂ। ਉਦੋਂ ਆਉਂਦਾ ਸੀ ਐਡੀ ਗੱਡੀ, ਜਿੱਦਣ ਬਣਿਆ ਮੁੱਖ ਮੰਤਰੀ 3-3 ਕਰੋੜ ਦੀ ਗੱਡੀ, ਤੇ ਅੱਜ ਬੋਝਾ ਲਈ ਫਿਰਦਾ। ਐਡੀ ਕਾਹਦੀ ਖਤਰਾ ਹੋ ਗਿਆ ਤੈਨੂੰ, ਪੰਜਾਬ ਦੇ ਉਹੀ ਲੋਕ ਆ ਜਿੰਨਾ ਵੋਟਾਂ ਪਾਈਆਂ ਸੀ। ਇਹ ਜੇ ਕੰਮ ਹੀ ਕਿਉਂ ਕਰਦਾ ਤੇ ਤੁਸੀਂ ਹੁਣ ਲੋਕਾਂ 'ਚ ਨਾ ਜਾ ਸਕੋ? ਇਹ ਉਹੀ ਭਗਵੰਤ ਮਾਨ ਹੈ ਜਿਹੜਾ ਆਉਂਦਾ ਸੀ ਗਰੀਬ ਦੇ ਚੁੱਲ੍ਹੇ ਦੀ ਅੱਗ ਹੈਲੀਕਾਪਟਰ 'ਚ ਬਹਿ ਕੇ ਨਹੀਂ ਦਿਸਦੀ, ਤੇ ਅੱਜ ਉਹੀ ਭਗਵੰਤ ਮਾਨ ਹੈ ਹੈਲੀਕਾਪਟਰ 'ਚੋਂ ਨਹੀਂ ਉਤਰਦਾ। ਵਰਤੇ ਹੈਲੀਕਾਪਟਰ ਭਗਵੰਤ ਮਾਨ ਨੇ ਵਰਤਣਾ, ਅਸੀਂ ਨਹੀਂ ਰੋਕਦੇ। ਪਰ ਜੇ ਪੰਜਾਬ ਦੇ ਖੂਨ ਪਸੀਨੇ ਦੀ ਕਮਾਈ, ਆਪਣੀ ਖੂਨ ਪਸੀਨੇ ਦੀ 9 ਮਾਸ ਦੀ ਕਮਾਈ ਕੇਜਰੀਵਾਲ ਤੇ ਰਾਘਵ ਚੱਡਾ ਵਰਤੇ, ਫਿਰ ਸਾਨੂੰ ਦੁੱਖ ਹੁੰਦਾ। ਕਿਉਂ ਵਰਤਣ ਉਹ ਲੋਕ ਤੁਹਾਡੇ ਖੂਨ ਪਸੀਨੇ ਦੀ ਕਮਾਈ? ਕਿਉਂ ਉਹਨਾਂ ਲੋਕਾਂ ਨੂੰ ਜੈੱਡ ਸਿਕਿਉਰਿਟੀ ਦਿੱਤੀ ਜਾਵੇ? ਕਿਉਂ ਰਾਘਵ ਚੱਡੇ ਨੂੰ ਪੰਜਾਬ ਦੇ ਵਿੱਚ ਜੇ ਪਹਿਲੀ ਨੌਕਰੀ ਮਿਲੀ ਉਹਨੂੰ ਦਿੱਤੀ ਜਾਵੇ, ਦੂਜੀ ਮਿਲੀ ਇਹਨਾਂ ਦੇ ਕੇਜਰੀਵਾਲ ਦੇ ਬੰਦੇ ਨੂੰ ਦਿੱਤੀ ਜਾਵੇ? ਕਿਉਂ ਅੱਜ ਆਪਣੇ ਪੰਜਾਬ ਦੇ ਬੱਚੇ ਵਿਹਲੇ ਬੈਠੇ, ਇਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ? ਕਿਉਂ ਅੱਜ ਨਸ਼ਾ ਗਲੀ ਗਲੀ ਹੋ ਗਿਆ? ਇਹੀ ਭਗਵੰਤ ਮਾਨ ਸੀ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਆਉਂਦਾ ਸੀ ਚੋਰ ਕੁੱਤੀ ਰਲੀ ਹੈ, ਨਸ਼ਾ ਗਲੀ ਗਲੀ ਹੈ। ਤੇ ਅੱਜ ਜਦੋਂ ਨਸ਼ਾ ਗਲੀ ਗਲੀ ਵੇਖਦਾ, ਅੱਜ ਕਿੱਧਰ? ਖਾਲਸਾ ਦੀ ਇੱਕ ਮੌਕਾ ਆਇਆ ਸਬਕ ਸਿਖਾਉਣ ਦਾ ਇਹਨਾਂ ਨੂੰ। ਸੰਗਰੂਰ ਵਾਲਿਆਂ ਨੇ ਤਾਂ ਉਦੋਂ ਹੀ ਸਿਖਾਤਾ ਸੀ 4 ਮਹੀਨੇ ਪਹਿਲਾਂ, ਜਿੱਦਣ ਸਰਕਾਰ ਬਣੀ ਉਦੋਂ 4 ਮਹੀਨੇ ਬਾਅਦ ਹੀ ਇਹਨਾਂ ਨੂੰ ਸਬਕ ਸਿਖਾਤਾ ਸੀ। ਅੱਜ ਮੌਕਾ ਤੁਹਾਡੇ ਕੋਲੇ ਹੈ। ਆਹ ਜਿਹੜੀ ਇਲੈਕਸ਼ਨ ਬੜੀ ਮਹੱਤਵਪੂਰਨ ਇਲੈਕਸ਼ਨ ਹੈ, ਇਸ ਇਲੈਕਸ਼ਨ ਨਾਲ ਇੱਥੋਂ ਕੋਈ MP ਦਾ ਕੈਂਡੀਡੇਟ ਜਿੱਤ ਜੇ, ਕਿਸੇ ਪਾਰਟੀ ਦਾ, ਚਾਹੇ ਤੁਸੀਂ ਅਕਾਲੀਆਂ ਦਾ ਜਿਤਾ ਦਿਓ, ਆਪ ਵਾਲਿਆਂ ਦਾ ਜਿਤਾ ਦਿਓ, ਕਾਂਗਰਸ ਦਾ ਜਿਤਾ ਦਿਓ, ਕੇਂਦਰ 'ਚ ਸਰਕਾਰ ਨਰਿੰਦਰ ਮੋਦੀ ਜੀ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਰਹਿਣੀ, ਕੇਂਦਰ ਦੀ ਸਰਕਾਰ ਨਹੀਂ ਬਦਲੀ ਜਾਣੀ। ਕਿਸੇ ਦਾ ਜਿਤਾ ਤਾਂ ਅਗਲੇ ਦਿਨ ਆਪਾਂ ਛੋਟੇ ਤੋਂ ਛੋਟਾ ਕੰਮ ਲੈ ਕੇ ਅਗਲੇ ਦੇ ਬਾਹਰ 'ਚ ਚਲੇ ਗਏ, ਸਾਡੇ ਪਿੰਡ ਦਾ ਮਸਲਾ ਹੱਲ ਕਰਾ ਦਿਓ। ਉਹਨੇ ਤੁਹਾਨੂੰ ਜਵਾਬ ਬਾਪੂ ਜੀ ਪਤਾ ਕੀ ਦੇਣਾ? ਉਹਨੇ ਕਹਿਣਾ ਕੇਂਦਰ 'ਚ ਸਰਕਾਰ ਸਾਡੀ ਨਹੀਂ, ਕੇਂਦਰ 'ਚ BJP ਦੀ ਤੇ ਮੋਦੀ ਦੀ ਸਰਕਾਰ ਹੈ, ਅਸੀਂ ਤੁਹਾਡਾ ਕੋਈ ਕੰਮ ਨਹੀਂ ਕਰਾ ਸਕਦੇ। ਅਸੀਂ ਸਾਰੇ ਤੁਹਾਡੇ ਕੋਲ ਚੱਲ ਕੇ ਇਸ ਕਰਕੇ ਆਏ ਆ ਕਿ ਸਾਡੀ ਸੁਣਨ ਵਾਲਾ ਹੀ ਕੋਈ ਨਹੀਂ, ਸਾਡੇ ਸੁਣਦਾ ਹੀ ਕੋਈ ਨਹੀਂ। ਸਾਰਿਆਂ ਨੂੰ ਵੇਖ ਲਿਆ, ਸਾਰੀਆਂ ਪਾਰਟੀਆਂ ਵਾਲਿਆਂ ਨੂੰ ਦੇਖ ਲਿਆ, ਵੋਟਾਂ ਮੇਰੇ ਆ ਜਾਂਦੇ, ਵੋਟਾਂ ਲੈ ਕੇ ਚਲੇ ਜਾਂਦੇ, ਸਾਡੇ ਲੋਕਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ। ਗੱਲ ਕੌਣ ਸੁਣੂ? ਜਿਹਦੀ ਸੋਚ ਹੋਵੇ, ਜਿਹਨੂੰ ਸਾਡੇ ਬਾਰੇ ਪਤਾ ਹੋਵੇ, ਸਾਡੀਆਂ ਦੁੱਖ ਤਕਲੀਫਾਂ ਬਾਰੇ ਪਤਾ ਹੋਵੇ। ਤੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਂ ਤਾਂ ਸੁਣਿਆ ਨਾ ਆਪਾਂ ਸਾਰਿਆਂ ਨੇ, ਉਹ ਚਾਹ ਦੀਆਂ ਕੱਪੀਆਂ ਸਾਫ ਕਰ ਕਰਕੇ ਪ੍ਰਧਾਨ ਮੰਤਰੀ ਬਣਿਆ। ਚਾਹ ਵੇਚਣਾ ਤਾਂ ਬਹੁਤ ਵੱਡੀ ਗੱਲ ਹੈ, ਇਹ ਸੋਚੋ ਕਿ ਜਿਸ ਇਨਸਾਨ ਨੇ ਉਹ ਕੱਪੀ ਧੋਤੀ ਹੋਊ, ਧੋ ਕੇ ਰੱਖੀ ਹੋਊ,
ਤੇ ਭੱਜ ਭੱਜ ਕੇ ਸਟੇਸ਼ਨ ਤੇ ਉਹਨੇ ਲੋਕਾਂ ਦੇ ਵਿੱਚ ਚਾਹ ਵੇਚੀ ਰੂ। ਉਹ ਜਿਹੜਾ ਮਨ ਹੈ ਜਦੋਂ ਉਹ ਜ਼ਿੰਦਗੀ ਚ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹੈ, ਉਹਨੂੰ ਕੱਲੇ ਕੱਲੇ ਇੱਕ ਉਸ ਵਿਅਕਤੀ ਦੇ ਦਰਦ ਬਾਰੇ ਪਤਾ ਜਿਹੜਾ ਦਰਦ ਆਪਾਂ ਸਾਰੇ ਲਈ ਬੈਠੇ। ਪਿਛਲੇ 9 ਸਾਲ ਤੋਂ ਵੱਧ ਸਮਾਂ ਹੋ ਗਿਆ ਇੱਥੋਂ MP ਸਾਡਾ ਕਾਂਗਰਸ ਪਾਰਟੀ ਦਾ ਚੁਣ ਕੇ ਜਾਂਦਾ ਰਿਹਾ, ਲੇਕਿਨ ਸੁੱਚੇ ਉਹ ਹੀ ਵਾਪਸ ਆ ਗਿਆ। ਅੱਜ ਰੱਬ ਨੂੰ ਪਿਆਰਾ ਹੋ ਗਿਆ, ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ, ਲੇਕਿਨ ਕੀਤਾ ਹੀ ਕੱਖ ਨਹੀਂ। ਜੇਕਰ ਪਿੰਡ ਦੇ ਵਿੱਚ ਆਉਣ ਤਾਂ ਮੇਰੀ ਇੱਕ ਬੇਨਤੀ ਜ਼ਰੂਰ ਹੈ ਮੇਰੀਆਂ ਮਾਤਾਵਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਨੂੰ, ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਇਹ ਜ਼ਰੂਰ ਪੁੱਛਿਆ ਜੇ ਕਿ ਭਾਈ ਸਾਨੂੰ ਤਾਂ ਇਹ ਦੱਸ ਕੇ ਜਾ ਵੀ ਤੂੰ ਸਾਡੇ ਪਿੰਡ ਲਈ, ਸਾਡੇ ਇਲਾਕੇ ਲਈ, ਸਾਡੇ ਨਗਰ ਲਈ ਕੀਤਾ ਕੀ। ਜੇ ਤੁਸੀਂ ਮੈਨੂੰ ਵੀ ਪੁੱਛੋ, ਤੁਹਾਨੂੰ ਹੱਕ ਹੈ, ਤੁਸੀਂ ਮੈਨੂੰ ਵੀ ਪੁੱਛ ਸਕਦੇ ਹੋ ਵੀ ਕਾਕਾ ਤੂੰ ਦੂਸਰਿਆਂ ਬਾਰੇ ਤਾਂ ਗੱਲ ਕਰ ਲਿਆ ਸੀ, ਪਹਿਲਾਂ ਤੈਨੂੰ ਨਾ ਪੁੱਛੀਏ ਕਿਹੜੇ ਕਿਹੜੇ ਪਰਿਵਾਰ ਦਾ ਕਿਹੜਾ ਕਿਹੜਾ ਕੰਮ ਹੁੰਦਾ ਸੀ, ਕਿਹੜੀ ਕਿਹੜੀ ਗੱਲ ਹੁੰਦੀ ਸੀ। ਇੱਥੋਂ ਬੈਠਿਆਂ ਪਿੰਡੋਂ ਫੋਨ ਜਾਂਦਾ ਸੀ ਲੇਸਰੀ ਵਾਲਿਆਂ ਦਾ, ਤੇ ਪਾਰਲੀਮੈਂਟ ਚੋਂ ਸਿੱਧੇ ਸ਼ੂਕਾ ਮਾਰਦੀਆਂ ਗੱਡੀਆਂ ਆਉਂਦੀਆਂ ਸੀ, ਲੋਕਾਂ ਦੇ ਕੰਮ ਹੋ ਕੇ ਜਾਂਦੇ ਸੀ, ਕੋਈ ਅਹਿਸਾਨ ਨਹੀਂ ਕੀਤਾ। ਪਰ ਉਦਾਹਰਨ ਦੇਣਾ ਚਾਹੁੰਦਾ ਵੀ ਵੋਟਾਂ ਲੈਣ ਸਾਰੇ ਆ ਜਾਂਦੇ ਹੈ, ਪਰ ਉਹਨਾਂ ਨੂੰ ਪੁੱਛਣਾ ਸਾਡਾ ਫਰਜ਼ ਹੈ। ਲੇਸਣੀ ਵਾਲਿਆਂ ਦਾ ਹੁਕਮ ਹੁੰਦਾ ਸੀ, ਪੂਰਾ ਹੁੰਦਾ ਸੀ, ਲੇਕਿਨ 9 ਸਾਲਾਂ ਦੇ ਵਿੱਚ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਜਿਹੜੇ ਰਹੇ, ਜੇ 9 ਰੁਪਏ ਵੀ ਉਹਨਾਂ ਨੇ ਦਿੱਤੇ ਹੋਣ, ਜੇ 9 ਵਾਰੀ ਵੀ ਪਿੰਡ ਚ ਆਏ ਹੋਣ ਤਾਂ ਵੋਟਾਂ ਉਹਨੂੰ ਪਾ ਦੇ। ਅਸੀਂ 9 ਮਹੀਨਿਆਂ ਚ ਤੁਹਾਡੇ ਕੋਲੋਂ ਪਿਆਰ ਮੰਗਣ ਆਏ ਹਾਂ, ਸਤਿਕਾਰ ਮੰਗਣ ਆਏ ਹਾਂ, ਇੱਕ ਵੋਟ ਮੰਗਣ ਆਏ ਹਾਂ। ਪਹਿਲੀ ਗੱਲ, ਆਪਣੇ ਇਸ ਨਗਰ ਚ ਜਿਹਦੇ ਨਾਲ ਮੇਰਾ ਬੜਾ ਪਿਆਰ ਹੈ, ਮੇਰੇ ਪਿਤਾ ਜੀ ਦਾ ਬੜਾ ਪਿਆਰ ਹੈ, ਉਹਨਾਂ ਨੇ ਵੀ ਆਉਣਾ 2-4 ਦਿਨਾਂ ਤੁਹਾਡੇ ਕੋਲ ਪਹੁੰਚਣਾ। ਸਰਦਾਰ ਚਰਨਜੀਤ ਸਿੰਘ ਅਕਾਲ ਜੀ ਨੇ, ਦੈਨਿਕ ਸਵੇਰਾ ਲਈ ਵਿਨੇ ਸ਼ਰਮਾ ਦੀ ਰਿਪੋਰਟ।